जलंधर जीवनी चोण दे विच लगातार पार्टियां प्रचार कर रही है, लेकिन अज श्रोमणी अकाली दल ते बसपा जिहड़ी आ पहली रैली जिहड़ी उह कीती आ, क्योंकि जदों सरदार प्रकाश सिंह बादल दा देहांत हुंदा है तदों पार्टी दे सारे नुमाइंदे जिहड़े ने परिवार दे नाल दुख सांझा कर लैंदे ने, लेकिन सियासत तों हट के जिहड़ा पहलां परिवार दे नाल जुड़दे ने। लेकिन अज पहली बार जिहड़ी कह सकदे आ कि रैली दी शुरुआत हुई है, बसपा दे पंजाब दे प्रधान जसबीर सिंह गढ़ी मेरे नाल मौजूद ने। गढ़ी साहब, पहले तो बहुत बहुत स्वागत है लिविंग इंडिया। धन्यवाद जी। ਕਿਵੇਂ ਵੇਖਦੇ ਹੋ ਜੀ, ਕਿਵੇਂ ਦੀ ਸਿਆਸਤ ਜਲੰਧਰ ਦੇ ਵਿੱਚ, ਕਿਉਂਕਿ ਅੱਜ ਪਹਿਲੀ ਰੈਲੀ ਸੀਗੀ ਔਰ ਪਹਿਲੀ ਰੈਲੀ ਦੇ ਵਿੱਚ ਬਸਪਾ ਅਤੇ ਅਕਾਲੀ ਦਲ ਨੂੰ ਕੀ ਪਿਆਰ ਮਿਲਿਆ? ਦੇਖੋ, ਜਿਸ ਤਰੀਕੇ ਦੇ ਨਾਲ ਕੰਪੇਨ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਸਮੁੱਚੇ ਵਰਕਰਾਂ ਨੇ ਚਲਾਈ ਆ, ਅੱਜ ਕਾਂਗਰਸ ਵੀ ਘਬਰਾਹਟ 'ਚ ਵੀ ਆ, ਘਬਰਾਹਟ ਵਿੱਚ ਵਾ, ਔਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੀ ਘਬਰਾਹਟ ਵਿੱਚ ਵਾ। ਅੱਜ ਇੱਥੇ ਵੱਡੀ ਰੈਲੀ ਹੋਈ ਆ ਕੈਂਟ ਹਲਕੇ ਦੇ, ਰਾਤੀ ਦੋ ਵਾਰੀ ਟੈਂਟ ਹਨੇਰੀ ਨੇ ਪਾੜਿਆ, ਇੱਥੇ ਵੀ ਫਲੋਰ ਵੀ, ਔਰ ਅੱਜ ਸਾਡੀਆਂ ਤਿੰਨ ਰੈਲੀਆਂ ਆ, ਤਿੰਨ ਕੱਲ੍ਹੂ ਆ। ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਇਲਾਵਾ ਮੋਦੀ ਸਾਹਿਬ ਦਿੱਲੀ 'ਤੇ ਰਾਜ ਕਰਦੇ ਆ, 14 ਸੂਬਿਆਂ ਸਰਕਾਰ ਹੈ, ਹਿੰਮਤ ਨਹੀਂ ਪਈ ਰੈਲੀ ਕਰਨ ਦੀ। ਆਮ ਆਦਮੀ ਪਾਰਟੀ ਦੀ ਦੋ ਸਰਕਾਰਾਂ ਨੇ, ਦੋਵੇਂ ਮੁੱਖ ਮੰਤਰੀ ਗਲੀ ਗਲੀ ਘੁੰਮ ਰਹੇ ਆ, ਰੈਲੀ ਕਰਨ ਦੀ ਹਿੰਮਤ ਨਹੀਂ ਪਈ ਉਹਨਾਂ ਦੀ। ਔਰ ਕਾਂਗਰਸ ਜਿਹਦੀ 6 ਸੂਬਿਆਂ 'ਚ ਸਰਕਾਰ ਅੱਜ ਵੀ ਆ, ਔਰ ਪੂਰੀ ਦੀ ਪੂਰੀ ਹਿਮਾਚਲ ਸਰਕਾਰ ਇੱਥੇ ਝੋਕੀ ਹੋਆ, ਰੈਲੀ ਕਰਨ ਦੀ ਹਿੰਮਤ ਨਹੀਂ ਪਈ ਹਲੇ ਤੱਕ। ਆਮ ਆਦਮੀ ਪਾਰਟੀ ਦਾ ਤਾਂ ਹਾਲ ਇਹ ਆ, ਜਿਸ ਕੈਂਟ ਹਲਕੇ 'ਚ ਆਪਾਂ ਖੜ੍ਹੇ, ਮੈਨੂੰ ਵਰਕਰ ਦੱਸ ਰਹੇ ਸੀ, ਕਹਿੰਦੇ ਗੜੀ ਸਾਹਿਬ ਅਸੀਂ 20 ਪਿੰਡਾਂ ਦਾ ਇੱਕ ਸਰਕਲ ਦੇਖ ਰਹੇ ਹਾਂ, 20 ਪਿੰਡਾਂ 'ਚ ਇੱਕ ਵੀ ਮੀਟਿੰਗ ਝਾੜੂ ਵਾਲੇ ਕਰਨ ਨਹੀਂ ਆ ਸਕੇ, ਲੋਕ ਇੰਨੇ ਖਫਾ ਨੇ, ਇੰਨਾ ਵਿਰੋਧ ਚੱਲ ਰਿਹਾ, ਉਹ ਆਮ ਹੀ ਆਪਾਂ ਦੇਖ ਹੀ ਰਹੇ ਹਾਂ, ਲੋਕ ਕਿੱਦਾਂ ਗਾਲੀ ਗਲੋਚ, ਭਗਵੰਤ ਮਾਨ ਜੀ ਤਾਂ ਕਹਿ ਦਿੰਦੇ ਆ ਕੋਈ ਗੱਲ ਨਹੀਂ, ਉਹਨਾਂ ਦੇ ਕਮੈਂਟ ਕਰ ਦਿੰਦੇ ਆ ਲੋਕਾਂ 'ਤੇ ਕੋਈ ਗੱਲ ਨਹੀਂ। ਅਤੇ ਲੇਕਿਨ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਤਰ੍ਹਾਂ ਤਰ੍ਹਾਂ ਦੇ ਲਾਰੇ ਵਾਅਦੇ ਕੀਤੇ ਸੀ, ਅੱਜ ਪੰਜਾਬੀਆਂ ਦੇ ਜਿਹੜੇ ਇਹਨਾਂ ਨੇ ਨਜ਼ਰ ਬੰਨੀ ਸੀ 3 ਕਰੋੜ ਪੰਜਾਬੀਆਂ ਦੀ, ਬਦਲਾਅ ਵਾਲੀ ਨਜ਼ਰ, ਉਹ ਨਜ਼ਰ ਖੁੱਲ੍ਹ ਗਈ ਆ। ਗੜੀ ਸਾਹਿਬ, ਮੰਨਦੇ ਹੋ ਕਿ ਨੱਕ ਦਾ ਸਵਾਲ ਵੀ ਬਣ ਗਿਆ ਜਿਸ ਤਰੀਕੇ ਦਾ ਜ਼ਿਕਰ ਤੁਸੀਂ ਕੀਤਾ ਕਿ ਹਿਮਾਚਲ ਤੋਂ ਵੀ ਲੋਕ ਇੱਥੇ ਆਏ ਨੇ, ਦਿੱਲੀ ਤੋਂ ਵੀ ਇੱਥੇ ਲੋਕ ਆਏ ਨੇ, ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਲੱਗ ਗਈ, ਹਰ ਇੱਕ ਪਾਰਟੀ ਦੇ ਨੱਕ ਦਾ ਸਵਾਲ ਹੈ। ਹਾਲਾਂਕਿ ਸਟੇਜਾਂ ਤੋਂ ਜ਼ਰੂਰ ਇਹ ਕਹਿੰਦੇ ਨੇ ਕਿ 8 ਮਹੀਨੇ 'ਚ ਹੋਣਾ ਕੁਛ ਨਹੀਂ, ਸਰਕਾਰ ਕੋਈ ਨਵੀਂ ਨਹੀਂ ਬਣਨੀ, ਲੇਕਿਨ ਅਣਖ 'ਤੇ ਕਈਆਂ ਦਾ ਹੰਕਾਰ ਡੁੱਟੂਗਾ। ਦੇਖੋ, ਨੱਕ ਹੁੰਦੀ ਆ ਸੱਤਾਧਾਰੀ ਧਿਰ ਦੀ, ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ। ਨੱਕ ਤਾਂ 3 ਮਹੀਨਿਆਂ ਦੇ ਵਿੱਚ ਉੱਦਣ ਵੱਢ ਹੋ ਗਈ ਸੀ ਆਮ ਆਦਮੀ ਪਾਰਟੀ ਦੀ, ਜਿੱਦਣ ਇਹਨਾਂ ਦੀ ਰਾਜਧਾਨੀ 3 ਕਰੋੜ ਪੰਜਾਬੀਆਂ ਨੇ ਢਹਿ ਢੇਰੀ ਕੀਤੀ। ਹੁਣ ਤਾਂ ਇਹ ਨੱਕ ਹੱਥ 'ਚ ਲੈ ਕੇ ਘੁੰਮਦੇ ਆ ਵੀ ਸ਼ਾਇਦ ਬਚ ਜਾਏ, ਪਰ ਸੰਗਰੂਰ ਤੋਂ ਪ੍ਰੇਰਣਾ ਲੈਂਦੇ ਹੋਏ ਜਲੰਧਰ ਦੇ ਲੋਕ ਜਿਹੜੇ ਆ, ਉਹ ਇਹਨਾਂ ਦਾ ਦੂਜੀ ਵਾਰੀ ਜਿਹੜਾ ਉਹ ਜਿਹੜਾ ਨੱਕ ਹੱਥ 'ਚ ਫੜ ਕੇ ਘੁੰਮਦੇ ਆ, ਉਸ ਨੱਕ ਦੀ ਮਿੱਟੀ ਵੀ ਭੋਰਨ ਲਈ ਤਿਆਰ ਹੋਏ ਬੈਠੇ ਨੇ। 13 ਮਈ ਨੂੰ ਇਹ ਸਪਸ਼ਟ ਹੋ ਜਾਏਗਾ। 13 ਤਾਂ ਵੈਸੇ ਹੀ ਬਾਬੇ ਨਾਨਕ ਦੀ ਹੁੰਦੀ ਹੈ, 13 ਦਾ ਨਤੀਜਾ ਬਾਬੇ ਨਾਨਕ ਦੇ ਨਾਂ 'ਤੇ ਆਉਣਾ ਹੈ, ਤੱਕੜੀ ਦੇ ਨਾਂ 'ਤੇ ਆਉਣਾ ਹੈ। ਅੱਛਾ, ਕਹਿੰਦੇ ਨੇ ਕਿ ਬਸਪਾ ਦਾ ਗੜ ਵੀ ਹੈਗਾ ਕਿਤੇ ਨਾ ਕਿਤੇ ਦੁਆਬਾ, ਲੇਕਿਨ ਕਾਂਗਰਸ ਦਾ ਗੜ ਵੀ ਇਹ ਵੱਡਾ ਰਿਹਾ ਹੈਗਾ, ਲੇਕਿਨ ਕਿਵੇਂ ਵੇਖਦੇ ਹੋ ਤੁਸੀਂ, ਤੁਹਾਡਾ ਉਮੀਦਵਾਰ ਕਿਸ ਦੇ ਮੁਕਾਬਲੇ ਜੇ ਲੱਗਦਾ ਹੈ ਕਿ ਖੜ੍ਹਾ ਹੈ? ਦੇਖੋ, ਬਿਨਾਂ ਸ਼ੱਕ ਤਿਕੋਣਾ ਮੁਕਾਬਲਾ ਜਿਹੜਾ ਆ ਉਹਨੂੰ ਆਪਾਂ, ਕਿਉਂਕਿ ਅਸੀਂ ਲੋਕ ਕਦੇ ਵੀ ਸੱਤਾਧਾਰੀ ਧਿਰ ਨੂੰ ਇਗਨੋਰ ਨਹੀਂ ਕਰ ਸਕਦੇ, ਕਦੀ ਵੀ ਆਪਾਂ ਜਿਹੜਾ ਉਹਨਾਂ ਦੇ ਸ੍ਰੀ ਸੰਤੋਖ ਜੀ ਜਿਨ੍ਹਾਂ ਦੀ ਡੈੱਥ ਹੋਈ ਉਸ ਧਰਮ ਨੂੰ ਵੀ ਇਗਨੋਰ ਨਹੀਂ ਕਰ ਸਕਦੇ। ਲੰਬੇ ਸਮੇਂ ਤੋਂ ਉਹਨਾਂ ਦਾ 18 ਵਾਰੀ ਇਲੈਕਸ਼ਨ ਹੋਇਆ ਲੋਕ ਸਭਾ ਦਾ, ਜਿਹ 'ਚੋਂ 15 ਵਾਰੀ ਜਲੰਧਰ ਕਾਂਗਰਸ ਨੇ ਜਿੱਤੀ ਆ, ਲੇਕਿਨ ਇਸ ਗੜ੍ਹ ਦੇ ਵਿੱਚ ਵਾ ਕੇ ਵੀ ਇਹਨਾਂ ਦੀ ਸਰਕਾਰਾਂ ਦੇ ਹੋਣ ਦੇ ਬਾਵਜੂਦ ਵੀ, ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਆ, ਅੱਜ ਇਹ ਬਸਪਾ ਤੋਂ ਇੰਨਾ ਘਬਰਾਏ ਹੋਏ ਆ, ਅਕਾਲੀ ਦਲ ਤੋਂ ਇੰਨਾ ਘਬਰਾਏ ਹੋਏ ਆ ਕਿ ਅੱਜ ਇਹਨਾਂ ਨੂੰ ਸਮਝ ਨਹੀਂ ਆਉਂਦਾ। ਕੱਲ੍ਹ ਚੀਮਾ ਸਾਹਿਬ ਬਿਆਨ ਦਿੰਦੇ ਸੀਗੇ ਕਿ ਅਕਾਲੀ ਦਲ ਤਾਂ ਉਮੀਦਵਾਰ ਤਾਂ ਗੱਠਜੋੜ ਦਾ ਉਮੀਦਵਾਰ ਹੀ ਨਹੀਂ ਲੱਭ ਰਿਹਾ ਕਿਤੇ। ਮੈਂ ਕਹਿਣਾ ਚਾਹੁੰਦਾ 3 ਕਰੋੜ ਪੰਜਾਬੀਆਂ ਨੂੰ, ਧਰਤੀ ਮਾਂ ਨੂੰ ਮੱਥਾ ਟੇਕ ਕੇ ਸਿਰ ਨੀਵਾਂ ਕਰਕੇ ਕਿਰਪਾ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪੇਜ ਦੇਖੋ, ਫੇਸਬੁੱਕ ਦਾ ਜਸਵੀਰ ਸਿੰਘ ਗੜੀ ਦੇ ਨਾਂ ਦਾ ਪੇਜ ਦੇਖੋ। ਸਾਨੂੰ ਤਾਂ ਰਾਤ ਨੂੰ ਅਸੀਂ ਨੀਂਦ ਕਿੱਦਾਂ ਪੂਰੀ ਕਰਦੇ, ਤਾਂ ਸਾਨੂੰ ਹੀ ਪਤਾ ਆ ਪੰਜਾਬੀਆਂ ਦਾ ਇੰਨਾ ਪਿਆਰ ਮਿਲ ਰਿਹਾ। ਅੱਛਾ, ਮੰਨਦੇ ਹੋ ਕਿ ਇਹ ਪਿਆਰ ਕਿਤੇ ਨਾ ਕਿਤੇ ਫੁੱਲ ਵੀ ਚੜਾਊਗਾ, ਕਿਉਂਕਿ ਸਿਆਸਤ ਦੇ ਵਿੱਚ ਫਰਕ ਕਾਫੀ ਪਿਆ ਹੈਗਾ? ਕਹਿੰਦੇ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ 1 ਸਾਲ ਦਾ ਪ੍ਰਚਾਰ ਕਰ ਰਹੀ ਹੈਗੀ ਹੈ, ਦੂਸਰੀ ਜਗ੍ਹਾ 'ਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈਗਾ, ਔਰ ਦੂਸਰੀ ਵਿਰੋਧੀ ਪਾਰਟੀਆਂ ਜੇਕਰ ਜ਼ਿਕਰ ਕਰ ਲਿਆ ਜਾਵੇ ਤਾਂ ਉਹ ਮੌਜੂਦਾ ਸਰਕਾਰ ਦੇ ਕਮੀਆਂ ਗਿਣਾ ਰਹੀ ਹੈਗੀ ਹੈ, ਸਿਆਸਤ ਦੇ ਵਿੱਚ ਫਰਕ ਪਿਆ? ਦੇਖੋ, ਜਿੱਦਾਂ ਅੱਗੇ ਮਦਾਰੀ ਪਿੰਡਾਂ 'ਚ ਤਮਾਸ਼ਾ ਦਿਖਾਉਂਦੇ ਸੀ ਅਤੇ ਉਹ ਮਦਾਰੀ ਇੱਕ ਛੋਟੀ ਜਿਹੀ ਬਗਲੀ 'ਚੋਂ ਬਾਂਦਰ ਬਾਂਦਰੀ ਦਾ ਵਿਆਹ ਕਰਦੇ ਹੋਏ 20-25 ਸੂਟ ਕੱਢ ਲੈਂਦੇ ਸੀਗੇ, 51 ਭਾਂਡੇ ਵੀ ਕੱਢ ਲੈਂਦੇ ਸੀਗੇ, ਅਤੇ ਜਮੂਰਾ ਵੀ ਪਿੰਡੋਂ ਹੀ ਤਿਆਰ ਕਰ ਲੈਂਦੇ ਸੀਗੇ,
और जमूरे के भी नक् कन्न मूँह चो पैसे कढ दिंदे सीगे ते असी रात नूं दादी माँ नूं बात सुणदे सुणदे पुछदे हुंदे सी कि दादी माँ भी वह भाई आया सीगा तमाशा दिखाया छोटी जिही बगली पटारी चो इन्ना समान कढ लिया वह जमूरिया के नक् चो भी पैसे कन्न चो भी पैसे मूँह चो भी पैसे भी क्या कारण है। दादी माँ कहती हुंदी सी भी बेटा वह मदारी जादूगर नज़र बन लैंदे आ। 3 करोड़ पंजाबियों की नज़र झाड़ू वालिया ने बन ली। इन्होंने मावा भैणा धियां नूं कहा 1000 रुपया देवांगे 75 सालों च तुहानूं मिलिया क्या आ। बीबिया ने गठां भन लईआं, एक मैं, एक मेरी सस, एक मेरी बहू, एक मेरी कुड़ी, एक मेरी ओह कुड़ी जिहड़ी ब्याही ओह 5-5 हज़ार आ जाणा। इन्हां ने लारा लाया बजुर्गां नूं कि 2500 बजुर्गो तुहाडा ਉਹ ਬਜ਼ੁਰਗ ਵਿਚਾਰਾ ਭੋਲਾ ਡੰਗੋਰੀ ਫੜੀ ਉਹ ਕਹਿੰਦਾ ਮੇਰੀ ਪਰਸੀਨੀ ਦਾ ਵੀ 2500 ਕਹਿੰਦੇ ਭਾਈ ਆ ਤੇਰੀ ਤੇਰਾ ਵੀ 2500 ਤੇਰੀ ਪਰਸੀਨੀ ਦਾ ਵੀ 2500 ਦੋਹਾਂ ਦੇ ਫਾਰਮ ਭਰਤੇ। ਲਓ ਜੀ ਉਹ ਵੀ ਵਿਚਾਰੇ ਉਹ ਵੀ ਆਪਸ ਸਲਾਹਾਂ ਕਰਨ ਲੱਗ ਪਏ ਕਿ ਪਰਸੀਨੀ ਇਹ ਭੂਰਾ ਬੈੱਡ ਲਿਆ ਭੂਰਾ ਬ੍ਰੈਡ ਲਿਆਇਆ ਕਰਾਂਗੇ 30 ਰੁਪਏ ਦਾ ਆਉਂਦਾ, ਇੱਕ ਬ੍ਰੈਡ ਨਾਲ ਸਾਡਾ ਸਰ ਜਾ ਕਰਨਾ, ਇੱਕ ਥੈਲੀ ਦੁੱਧ ਦੀ ਲਿਆਇਆ ਕਰਾਂਗੇ 30 ਰੁਪਏ ਦੀ ਆਉਂਦੀ ਆ। ਅਤੇ ਮਾਂ ਪੁੱਤ ਧੀ ਨਾ ਵੀ ਪੁੱਛਣ ਤਾਂ ਅਸੀਂ ਭੂਰਾ ਬ੍ਰੈਡ ਖਾ ਕੇ ਨਾਲੇ ਹਾਜ਼ਮਾ ਠੀਕ ਰਹਿੰਦਾ, ਚਿੱਟਾ ਬ੍ਰੈਡ ਤਾਂ ਮੈਦੇ ਦਾ ਬਣਦਾ। ਔਰ ਫਿਰ ਉਹਨਾਂ ਨੇ ਧੀਆਂ ਪੁੱਤ ਵੀ ਪੰਜਾਬ ਦੇ ਗੁੰਮਰਾਹ ਕਰ ਲਏ, ਡੁੱਗ ਡੁੱਗੀ ਤਾਂ ਇੱਦਾਂ ਦਾ ਤਮਾਸ਼ਾ ਦਿਖਾ ਲਿਆ। ਇਕੱਲੇ ਇਕੱਲੇ ਧੀ ਪੁੱਤ ਨੂੰ ਕਿਹਾ ਕਿ ਇਨਕਲਾਬ ਜਿੰਦਾਬਾਦ ਤਾਂ ਹੋਈ ਨਹੀਂ, ਉਹ ਕਹਿੰਦੇ ਇਨਕਲਾਬ ਕਿੱਦਾਂ ਹੋਣੀ ਜਿੰਦਾਬਾਦ, ਉਹ ਕਹਿੰਦੇ ਜਿੱਦਾਂ ਇੰਗਲੈਂਡ ਅਮਰੀਕਾ 'ਚ ਨੌਜਵਾਨਾਂ ਨੂੰ ਧੀਆਂ ਨੂੰ ਬੇਰੁਜ਼ਗਾਰਾਂ ਨੂੰ 5-5 ਹਜ਼ਾਰ ਰੁਪਈਆ ਮਿਲਦਾ, ਨੌਜਵਾਨ ਧੀ ਪੁੱਤ ਵੀ ਪਲਟ ਗਿਆ, ਪੰਜਾਬ ਦਾ ਨਜ਼ਰ ਬੰਨੀ ਗਈ। ਉਹਨਾਂ ਨੇ ਆਪਣਾ ਵੀ 5 ਬੰਟੀ ਨੇ ਗਿਣ ਲਿਆ, 5 ਛੈਂਟੀ ਨੇ ਵੀ ਗਿਣ ਲਿਆ, 5 ਹਜ਼ਾਰ ਭੋਲੀ ਦਾ ਵੀ ਗਿਣ ਲਿਆ, ਧੀ ਪੁੱਤ ਵੀ 15-15 ਹਜ਼ਾਰ ਦਾ ਹਿਸਾਬ ਕਿਤਾਬ। ਇਹਨਾਂ ਨੇ ਚੁਟਕੀਆਂ ਮਾਰ ਮਾਰ ਕੇ ਕਿਸਾਨਾਂ ਨੂੰ ਵੀ ਗੁੰਮਰਾਹ ਕਰ ਲਿਆ ਵੀ ਕਿਸਾਨੋਂ ਇਨਕਲਾਬ ਤਾਂ ਆਇਆ ਹੀ ਨਹੀਂ। ਉਹ ਕਹਿੰਦੇ ਅੱਛਾ ਜੀ ਉਹ ਕੀ ਹੁੰਦਾ ਇਨਕਲਾਬ, ਕਹਿੰਦੇ ਇਨਕਲਾਬ ਹੁੰਦਾ ਆ ਬਈ ਤੁਸੀਂ 75 ਸਾਲਾਂ 'ਚ ਮਿਲਿਆ ਕੀ ਤੁਹਾਨੂੰ, ਉਹ ਕਹਿੰਦੇ ਸਾਨੂੰ ਮਿਲਿਆ ਬੀਜਾਂ 'ਤੇ ਸਬਸਿਡੀ, ਖਾਦਾਂ 'ਤੇ ਸਬਸਿਡੀ, ਪਾਣੀ 'ਤੇ ਸਬਸਿਡੀ, ਬਿਜਲੀ 'ਤੇ ਸਬਸਿਡੀ, ਟੋਕਾ ਮਸ਼ੀਨ ਲਾਉਣੀ ਆ ਅਸੀਂ ਉਹ 'ਤੇ ਸਬਸਿਡੀ, ਪਸ਼ੂਆਂ ਲਈ ਤੂੜੀ ਰੱਖਣ ਲਈ ਕੋਠਾ ਪਾਉਂਦੇ ਹਾਂ ਉਹ 'ਤੇ ਸਬਸਿਡੀ, ਵੀ ਸਾਨੂੰ ਇੰਨਾ ਕੁਛ ਮਿਲਿਆ। ਕਹਿੰਦੇ ਬਾਪੂ ਇਹ ਕੀ ਮਿਲਿਆ, ਇਹ ਤਾਂ ਕੁਛ ਨਹੀਂ ਹੁੰਦਾ ਹੈਗਾ, ਇਹ ਇਨਕਲਾਬ ਤਾਂ ਹੁੰਦਾ ਵੀ ਤੁਹਾਨੂੰ ਭਿੰਡੀ 'ਤੇ ਵੀ MSP ਮਿਲੇ, ਸ਼ਿਮਲਾ ਮਿਰਚ 'ਤੇ ਵੀ ਮਿਲੇ, ਮੂੰਗੀ, ਹਰ ਚੀਜ਼ ਜਿਹੜੀ ਧਰਤੀ 'ਚ ਉੱਗਦੀ। ਇਹ ਚੁਟਕੀਆਂ ਮਾਰ ਕੇ ਕਹਿਣ ਲੱਗ ਪਏ ਇਹਦਾ 5 ਮਿੰਟਾਂ 'ਚ MSP। ਲੋ ਕਿਸਾਨ ਭਾਈਚਾਰਾ ਵੀ ਸਾਡਾ ਪੁੱਠਾ ਹੋ ਗਿਆ। ਔਰ ਇਹਨਾਂ ਨੇ ਧਰਤੀ ਦੀ ਕੋਈ ਚੀਜ਼ ਛੱਡੀ ਨਹੀਂ ਜਿਹੜੀ ਪੁੱਠੀ ਨਾ ਹੁੰਦੀ ਹੋਵੇ। ਔਰ ਸਾਰੇ ਪੰਜਾਬੀਆਂ ਦੀ ਨਜ਼ਰ ਬੰਨੀ ਗਈ, ਔਰ ਨਜ਼ਰ ਇੱਦਾਂ ਦੀ ਬੰਨੀ ਗਈ ਸਾਰਿਆਂ ਨੇ, ਝਾੜੂ ਨੂੰ ਵੋਟਾਂ ਪਾਤੀਆਂ ਬਹੁ ਗਿਣਤੀ, ਵੱਡੀ ਸਰਕਾਰ ਬਣੀ। ਅੱਜ ਸਾਰੇ 3 ਕਰੋੜ ਪੰਜਾਬੀਆਂ ਦੀ ਨਜ਼ਰ ਖੁੱਲ੍ਹ ਗਈ ਆ। ਅੱਜ 3 ਕਰੋੜ ਪੰਜਾਬੀਆਂ ਦੀ ਨਜ਼ਰ ਸਭ ਤੋਂ ਪਹਿਲਾਂ ਸੰਗਰੂਰ ਵਾਲਿਆਂ ਦੇ ਖੁੱਲ੍ਹੀ, ਉਹਨਾਂ ਨੇ ਸਾਰਾ ਪੰਜਾਬ ਆਪਣੇ ਮਗਰ ਲਾਇਆ ਸੀ ਸੰਗਰੂਰੀਆਂ ਨੇ। ਅੱਜ ਸੰਗਰੂਰੀਆਂ ਨੇ ਤਾਂ 92 ਬਣਾ ਕੇ 3 ਮਹੀਨਿਆਂ 'ਚ ਸਿੱਧੂ ਮੂਸੇਵਾਲੇ ਦੇ ਮਾਂ ਪਿਓ ਇਹ ਕਹਿੰਦੇ ਸੀ ਬਦਲਾ, ਇਹ ਕਹਿੰਦੇ ਸੀਗੇ ਲੈ ਭਾਈ ਆ ਤੈਨੂੰ ਕੀ ਮਿਲਿਆ, ਦੇਖ ਲੀਡਰਾਂ ਦੇ 50-50 ਗਨਮੈਨ ਲੈ ਕੇ ਘੁੰਮਦੇ ਆ, ਤੁਸੀਂ ਲੀਡਰਾਂ ਨੂੰ ਕਹਿੰਦੇ ਕਿਉਂ ਨਹੀਂ ਮੁਰਗੀਖਾਨਾ ਖੋਲੋ। ਅੱਜ ਉਹੀ ਬਜ਼ੁਰਗ, ਉਹੀ ਨੌਜਵਾਨ, ਉਹੀ ਧੀ ਪੁੱਤ ਉਹ ਸਭ ਪਰੇਸ਼ਾਨ ਨੇ। ਉਹ 1000 ਰੁਪਈਆ ਤਾਂ ਕਿਆ ਆਉਣਾ ਸੀਗਾ, ਇਹਨਾਂ ਦੇ ਨੀਲੇ ਕਾਰਡ, ਇਹਨਾਂ ਦੇ ਕੱਟ ਵੱਜ ਗਿਆ 33% ਦੇ, ਇਹਨਾਂ ਦੇ ਸ਼ਗਨ ਸਕੀਮਾਂ 'ਤੇ ਕੱਟ ਵੱਜ ਗਿਆ, ਇਹਨਾਂ ਦੀ ਕਿਹੜੀ ਸਕੀਮ ਆ ਜਿਹੜੀ ਅੱਜ ਪੰਜਾਬੀਆਂ ਨੂੰ ਮਿਲ ਰਹੀ, ਬੁਢਾਪਾ ਪੈਨਸ਼ਨ ਵੀ ਬੰਦ ਹੋ ਗਈ, 300 ਯੂਨਿਟ ਲੈ ਕੇ ਟੱਪੀ ਜਾਂਦੇ ਆ, 200 ਯੂਨਿਟ ਉਹ 'ਚੋਂ ਪਹਿਲਾਂ ਹੀ ਮਿਲਦੀ ਸੀ। ਕਹਿੰਦੇ ਰੋਜ਼ਗਾਰ ਦੇਵਾਂਗੇ, ਤੁਹਾਨੂੰ ਲੱਗਦਾ ਕਿ ਕਿਉਂਕਿ ਜਲੰਧਰ ਦੇ ਲਈ ਖਾਸ ਤੌਰ 'ਤੇ NRI ਇਲਾਕਾ ਵੀ ਕਿਹਾ ਜਾਂਦਾ ਔਰ ਸਭ ਤੋਂ ਜ਼ਿਆਦਾ ਵਿਦੇਸ਼ ਜਿਹੜੇ ਨੇ ਉਹ ਇਸ ਇਲਾਕੇ ਤੋਂ ਜਾਂਦੇ? ਇਹ ਤਾਂ ਇੱਦਾਂ ਹੋਈ ਜੀ ਗੱਲ, ਇੱਕ ਛੜੇ ਦਾ ਵਿਆਹ ਨਹੀਂ ਸੀ ਹੁੰਦਾ, ਉਹ ਮੇਰੇ ਵਾਂਗੂ 40-45 ਸਾਲ ਦਾ ਹੋ ਗਿਆ, ਮੇਰਾ ਤਾਂ ਵਿਆਹ ਹੋਇਆ ਉਹਦਾ ਨਹੀਂ ਸੀ ਹੁੰਦਾ। ਉਹ ਪਿੰਡ ਵਾਲੇ ਨੇ ਕਿਸੇ ਨੇ ਸਲਾਹ ਦਿੱਤੀ ਵੀ ਤੂੰ ਪੀਰ ਬਾਬੇ ਦੀ ਜਗ੍ਹਾ ਆ, ਇੱਥੇ 21 ਦਿਨ ਨਾ ਤੂੰ ਦੁੱਧ ਪਾਇਆ ਕਰ ਪੀ, ਨਾਲੇ ਹਰੀ ਚੁੰਨੀ ਚਾੜ੍ਹਨੀ। ਉਹ ਵਿਚਾਰਾ ਰੋਜ਼ ਤਿਆਰ ਤੂਰ ਹੋ ਕੇ ਜਾਇਆ ਕਰੇ ਵੀ ਅੱਜ ਰਿਸ਼ਤਾ ਆ ਜਾਣਾ, ਅੱਜ ਪੀਰ ਦੀ ਚੁੰਨੀ ਚਾੜ੍ਹਨੀ ਅਤੇ ਨਾਲੇ ਦੁੱਧ ਪਾਉਣਾ ਆ। ਉਹ ਕਦੀ ਬੇਸਣ ਲੈ ਕੇ ਜਾਵੇ, ਕਦੇ ਚੁੰਨੀ ਲੈ ਕੇ ਜਾਵੇ, ਉਹ ਰੋਜ਼ ਉਹ ਭਾਈਆਂ ਨੂੰ ਪੁੱਛੇ ਭਾਈ ਅੱਜ 15ਵਾਂ ਦਿਨ, ਭਾਈ ਅੱਜ 11ਵਾਂ ਦਿਨ, ਭਾਈ ਅੱਜ 17ਵਾਂ ਦਿਨ, ਜਿੱਦਣ ਆਖਰਲਾ ਦਿਨ ਸੀਗਾ ਕਹਿੰਦਾ ਭਾਈ ਆ ਗੱਲ ਸੁਣ, ਅੱਜ ਤਾਂ 21ਵਾਂ ਦਿਨ ਆਏਗਾ, ਆਇਆ ਕੋਈ ਨਹੀਂ, ਮੈਂ ਰੋਜ਼ ਗੁਲਾਬੀ ਪੱਗ ਬੰਨ ਕੇ ਜਾਂਦਾ ਵੀ ਕੁੜੀ ਵਾਲਿਆਂ ਨੂੰ ਦੇਖਣ ਆਉਣਾ ਗਏ ਨੇ। ਕਹਿੰਦਾ ਚੱਲ 21ਵਾਂ ਦਿਨ ਅੱਜ ਵੀ ਆਇਆ, ਸ਼ਾਇਦ ਅੱਜ ਹੀ ਆ ਜਾਣ। ਹੁਣ ਉਹ ਪੀਰ ਦੀ ਦਰਗਾਹ 'ਤੇ ਬੈਠਾ, ਉੱਥੇ ਅੱਲਾ ਅੱਲਾ ਕਰਦਾ ਅਤੇ ਪਿੰਡੋਂ ਆਵਾਜ਼ ਆਉਂਦੀ ਆ ਰੋਜ਼ ਵੀ ਨੱਥਾ ਸਿਆਂ ਛੇਤੀ ਆ, ਛੇਤੀ ਆ, ਨੱਥਾ ਸਿਆਂ ਛੇਤੀ ਆ, ਉਹ ਭੱਜ ਕੇ ਆ, ਉਹ ਵੀ ਸੁਣਦਾ। ਉਹ ਆਪਣੀ ਪੀਲੀ ਪਾ ਕੇ ਖਾਥਨਾ ਫੜਦਾ, ਝੱਗਾ ਆਪਣਾ ਟਾਈ ਲਾਈ, ਉਹ ਹੱਥ 'ਚ ਕਿਰਪਾਨ ਫੜੀ, ਉਹ ਭੱਜਾ ਹੀ ਜਾਂਦਾ ਵੀ ਮੇਰਾ ਤਾਂ ਰਿਸ਼ਤਾ ਆ ਗਿਆ। ਅਤੇ ਜਦੋਂ ਰਸਤੇ 'ਚੋਂ ਪਿੰਡ ਵਾਲੇ ਕਹਿੰਦੇ ਵੀ ਛੇਤੀ ਕਾਕਾ ਘਰ ਪੁੱਜ, ਤੇਰੀ ਤਾਂ ਬੇਬੇ ਮਰ ਗਈ ਤੇਰੀ, ਉਹ ਕਹਿੰਦਾ ਵਾਹ ਪੀਰ ਮਤੋਈ, ਤੂੰ ਸਾਨੂੰ ਤਾਂ ਕਿਆ ਦੇਣੀ ਸੀ, ਸਾਡੇ ਬਾਪੂ ਵਾਲੀ ਵੀ ਖੋਈ। ਅੱਜ ਪੰਜਾਬੀ ਇੱਦਾਂ ਮਹਿਸੂਸ ਕਰ ਰਹੇ ਆ ਕਿ ਇਹ ਪੀਰ ਮਤੋਈ ਬਣ ਕੇ ਆਏ ਝਾੜੂ ਵਾਲੇ, ਇਹਨਾਂ ਨੇ ਪੰਜਾਬੀਆਂ ਨੂੰ ਜਿਹੜੀਆਂ ਪਹਿਲੀਆਂ ਵੀ ਸੁੱਖ ਸਹੂਲਤਾਂ ਮਿਲਦੀਆਂ ਸੀ ਉਹ ਵੀ ਖੋਲ੍ਹੀਆਂ, ਨਵੀਆਂ ਤਾਂ ਕਿਆ ਦੇਣੀਆਂ ਸੀ, ਔਰ ਦੂਜੀ ਸਭ ਤੋਂ ਵੱਡੀ ਗੱਲ, ਇੰਨੀ ਬੇਸ਼ਰਮੀ ਨਾਲ ਝੂਠ ਬੋਲਦੇ ਆ, ਇੰਨੀ ਬੇਸ਼ਰਮੀ ਨਾਲ ਪੰਜਾਬੀਆਂ ਦੇ ਪੰਜਾਬ ਦੇ ਲੀਡਰਾਂ 'ਤੇ ਤਵਾ ਲਾਉਂਦੇ ਆ ਕਿ ਉਹ ਸਿਖਰ ਵਾ, ਇੱਕ ਝੂਠ ਦਾ ਸਿਖਰ ਵਾ। ਪੰਜਾਬੀ ਹਰ ਚੀਜ਼ ਦੇਖ ਰਹੇ ਆ, ਪੰਜਾਬੀ ਬੜੇ ਅਕਲਮੰਦ ਆ, ਸਹੀ ਫੈਸਲਾ ਕਰਨਗੇ। ਅੱਛਾ, ਸਿਆਸੀ ਹਵਾ ਕਹਿੰਦੀ ਹੈ ਕਿ 2-4 ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗ੍ਰਾਫ ਉੱਪਰ ਆਇਆ, ਇਸ ਦਾ ਕਾਰਨ ਕੀ ਸਮਝਦੇ?
देखो सब तो बड़ी गल है भैन कुमारी मायावती जी के हुक्मां नाल जिहड़ा हाथी वाला सी नीला झंडा लैके ना पिंड पिंड खड़ा हो गया। श्रोमणी अकाली दल का वर्कर जिहड़ा खेती च लग्या होया सीगा कणक वढ रहा सी गहाई कर रहा सी तूड़ी बना रहा सी कुप बन रहा सी वह बेचारा इन्नी तेजी नाल लग्या होया सीगा कि बस जिहड़ा मीह पानी उहनूं निकल नहीं सी दे रहा खेतों चों। वह तो हाथी नूं देख देख के जदों हाथी वाले झंडे लैके तकड़ी दे हक च घूमदे सीगे जथेदारां दा खून तां वाले खांदा सीगा पर वह घर की जिहड़ी जिम्मेवारी सी कणक सांभणे वाली उह च फसियो सी। पिछले चार पाँच दिन तो किसान सारे ही वेले हो गए और किसान सारे ही वेले हो गए हुण वह हाथी वाले नालों भी मोहरे होकर लग गए और मैनू इदां लगता जिस तरीके नाल उह कम कर दो वेले होकर किसान डट गया मैदान दे विच कल्ला कल्ला बूथ जिहड़ा आ तकड़ी चोण निशान जितेगी और जिस तरीके नाल हाथी वालिया ने मोर्चाबंदी कर ली आ गलिया की महल्लिया की पिंडा की तकड़ी बड़े पद्धर से जितन जा। लेकिन मौजूदा सरकार के नुमाइंदे कहें नहीं कहें कि सरकार तो साड़ी भावें वोट जिस मर्जी पा लो कम तो साढ़े तो ही करवा। पंजाब तो बहुत भोला सीगा जी, पंजाबियों ने 236 साल पहला 1784-86 के दिल्ली के धावा बोलता सरदार जस्सा सिंह रामगढ़िया जी उत्थे जे गद्दी ते बह जांदे तां खालसा पंथ दा राज कश्मीर तो कन्याकुमारी तक तो जमरौत तो लैके आसाम तक एड्डा बड़ा राज होना सी। पंजाबी तो दिल दरिया ने सुभाष समुंदर ने राजसत्ता नूं ठोड मारदे रहे सिंघासन घोड़िया ना बन के लिया अंबरसर दरबार साहब श्री गुरु ग्रंथ साहब की हजूरी कहिंदे लै वी दिल्ली बड़ी हमला करदी आ सिंघासन इत्थे इत्थे गुरु साहब थोड़े चरणा च लिया अज भी इत्थे पिया होना मैनूं लगता। तो ये जिहड़ा सुभा आ पंजाबियों का ये बड़ा दिल दरिया आ सुभा समुंदर वा और उन्होंने कदे भी राज सत्ता अरदास जरूर करते राज करेगा खालसा और बाबे नानक ने भी राज सत्ता चुनौती दी राजे सी मुकदम कुत्ते बाबे नानक तो पहला जिहड़ा भगती लहर का अंदोलन चलिया गुरु रविदास जी ने बेगमपुरा शहर को नाओ दुख अंदो उन्होंने भी राज सत्ता की गल की छेवीं पातशाही ने कृपान पवाती दसवें पिता ने तो लीक बाती कि राज बिना ना धर्म चले हैं। अज तुसी देखो पंजाबियों ने लेकिन मस्त मौला सुभा दे विच राज सत्ता दिल्ली वाले नूं देती जिहड़ी दिल्ली पंजाब ते जुल्म करती रही आजादी तो पहला भी आजादी तो बाद भी आजादी के पहला तो आप सारे ही जानते हैं अबदाली का भी औरंगजेब का भी होर भी लेकिन आजादी तो बाद पंजाब वंडिया दिल्ली ने पंजाब नूं पानी ना मिले कीमत ना मिली दिल्ली वाले ने दी पंजाब नूं राजधानी ना मिली दिल्ली वाले ने दी पंजाबी बोलते खिते ना मिले दिल्ली वाले ने दिते और दिल्ली वाले पंजाब के दलता पछड़िया कदे पैरों दी जुत्तियां सदते आ कदे नहरू रिजर्वेशन के खिलाफ लैटर कढ़दा दिल्ली जिथे दलत नूं रगड़ती पछड़े नूं रगड़ती सिख नूं रगड़ती आ नवें आए दिल्ली के मालक फुल वाले इन्हां ने 700 किसानां दीआं शहीदियां होईआं और बड़े जमीन पंजाब की खोण दे लई इन्हां ने बड़े मोर्चे लवाए पंजाब के किसानों तो दिल्ली ने कदे पंजाब नूं उड़दा पंजाब दिखाता पूरे संसार दे विच उड़दा पंजाब उन्हूं 2 साल 700 शहीदियां लगियां 15 महीने 700 शहीदियां तां मुड़ के लड़दा पंजाब बनिया मुड़ के कुरबानियां वाला पंजाब बनिया आ झाड़ू वाले नवें आ गए इन्हां ने मुड़ के पंजाब नूं अतवादी खालिस्तानी अमृत संचार अमृत बाल नौजवान पंजाब दे धियां पुत बहीरां कढ रहे सी गुरु साहब की गल अगे वधे इन्हां ने वह भी कुचल के रख दित्ती। असाम के डिब्रूगढ़ के NSA लवा के एक दिन के 400 पंजाबी जिहड़ा जेलां च धक्किया इन्ना धक्का तां 84 तों बाद कांग्रेस ने नहीं किया जिन्ना झाड़ू वाले ने किया और इत्थे दशमेश पिता की जिहड़ी गल सानूं याद आ जांदी राज बिना ना धर्म चले हैं जे यही राज हाथी तकड़ी का 22 दे विच बनाया हुंदा भला एक दिन च 10-10 बीरां कढ़दे भला एक दिन के 100-100 अमृत पान दे अलग अलग हैडक्वाटर दे भला रोज़ किसी ना किसी ब्लॉक असैंबली च हुंदा और सरकार ने भी उत्थे सुरक्षा देनी सी सरकार ने भी उत्थे आ के झंडा गड़ना सी भी होर करो ये तो गुरु साहब गुरुआ महापुरश किसी के होण उन्हां दी गल अगे वधनी चाहीदी। गड़ी साहब इन्हां सारियां चीज़ां नूं देखदे लगदा कि 13 तरीक नूं 10 तरीक नूं कल जदों परसों वोटां पैणियां ने तो लोग निकल के सामने आउणगे गुस्सा जाहिर करनगे और जदों 13 तरीक नूं नतीजे सामने आने ने तो वक्खरी एक अंदाज होवेगा हर एक सियासतदान दे लई। तीन घटनावां बड़ियां हुईयां ला एंड ऑर्डर लैके संदीप नंगल अंबिया का कतल होया पंजाब दे विचों कबड्डी खेडण नूं पंजाबी कबड्डी पंजाबियों के खून चवा और संदीप नंगल अंबिया का कतल होया होर कबड्डी खिडारी धर्मिंदर एक मारिया और अज पंजाबी कबड्डी तो इदा किनारा कर गए आ भी उन्होंने लगता भी गोली ना मार दे। पंजाब दे विच मशहूर रैपर पंजाबी गायक लोग माँ पंजाबी की सेवा करने वाला नौजवान सिद्धू मूसेवाला तो उहदा इदां दा उहदा खतरनाक कतल होया कि अज उहदे माँ और माँ सरपंचनी चरण कौर और बापू बलकौर सिंह गली गली दर दर लिलड़ियां कढ़दे फिरदे आ कि पंजाब दे लोको झाड़ू नूं वोट ना पायो बाकी जिहनूं मर्जी पा दिओ झाड़ू नूं वोट ना पायो जिहनूं मर्जी वोट पा दिओ
और तीसरा तरन तारण के एन आर आई एक बयान आया धी पुत भी बदलाव आ गया लखा फंड दिता करोड़ फंड दिता झाड़ू वाले हूँ तो मुंडे धियां पुत उत्थे स्वर्ग बन गया पंजाब असी ब्याहीए और तरन तारण कि उस एन आर आई परिवार को इन्हों का जोड़ा आबकारी डिपार्टमेंट है शराब वाला कि उत्थे गुंडागर्दी करता और माँ मुंडे की जिहड़ी बयान आई सी रोंदी लल्लरियां ताहां मारदी वह कह के गई जदों मीडिया वाले ने पुछया कि बीबी बदला किदां दा लग्गिया कहिंदी बदला माई फुट आउदी इनवर्टेड कॉमिया च गल बंद वा अज पंजाबी अपने आप नूं इदां महसूस कर रहा जिदा वह मदारी पिंड दे विच तमाशा दिखा के ठगिया आ महसूस करता सी अज तां जिहड़ा पिंड च जमूरा बनता सी उहनूं उह बनता गया जमूरा पर उह सारा ही पिंड उहनूं बाद विच सारी उम्र छेड़दा रहिंदा उहदा नौ ही जमूरा पै जांदा अज झाड़ू वालिआं ने पिंड पिंड जमूरे खड़े किए सी गली गली घूमदे सी बीबी फार्म भर 1000 रुपये वाला बीबी फार्म भर 2500 पेंशन वाला नौजवानां धियां पुत्तां नूं भाजी भैण जी फार्म भरो OTP आउणा तुहाडा 5000 इंपलॉयमेंट पक्का है तो वह जमूरे भी अज अपने आप को जेडे जिन्हों वलंटीयर का नाँ दिता है वह जमूरे भी अपने आप को ठगया महसूस कर रहे कि ठगया महसूस कर रहे कि 92 MLA इन दे मशकरी प्यो तो दुगनी उम्र के अमरिंदर करता रहा है और कहिंदा सी साढ़े कोल 92 MLA 50 बस के अंदर बहिंदे आ ते ड्राइवर की सीट के उत्ते भगवंत मान बैठा आ पिछे सीटियां मारने झोला फड़ के पैसों वाला वित्त मंत्री चीमा आ कंडक्टर तो 30 बंदे उपर बहिंदे आ MLA 12 लटक के आउंदे आ बई और 92 MLA लाण तो आडे 92 MLA दे तुहाडे कोल कैंडीडेट तां तुसीं लभिया नहीं थानू कैंडीडेट पंजाब इन्हां ने कल्ले कल्ले दर ते जाके इदां ठोकर मारी कि अल्लाह के नाम पर साडी पार्टी दे कैंडीडेट ही बन जाओ अल्लाह के नाम पर साडी पार्टी दा कैंडी अखबारों च खबरां लगदियां रहियां मैं कहना जी छड्डी आपां इस गल नूं देखो मैं बोल रहा ना मैं बोल रहा किसी गलत ही बोल रहा जो आम आदमी पार्टी कहे दिओ सबूत संपर्क किया कहना आ बी हर पार्टी का मैं बोल रहा ना जी जब बोल रहा तो कोई गल किसी गलत ही बोल रहा तो हर पार्टी ने इन्हों जवाब दिता और पंजाब के जलंधर के हजार ही शड्यूल कास्ट वलंटीयर से दावेदार टिकट के हजार शड्यूल कास्ट वलंटीयर नाल इन्होंने धोखा किया धक्का किया कांग्रेस चो चोरी करके इन्होंने सुशील रोंकू जिन जिते लैटरिया का कारोबार जूए अड्डिया का कारोबार पता नहीं किड़े किड़े दोष उत्ते लगते हैं वो उम्मीदवार दिता चोरी करके और दिल्ली की मोदी सरकार कहती साड़ी संसार की सब तो बड़ी पार्टी सब तो ज़्यादा मैंबरशिप साड़ी सरकार दिल्ली साड़ा संसार के सारे देशों हाए मोदी हुंदी आ हाए मोदी मतलब जी जी हाए जी प्रशंसा वाली और 14 सूबिया सरकार लख लाण तो थोड़े उम्मीदवार थोड़ा जलंधर चो नहीं मिले नवा शहर चो नहीं मिले हुशियारपुर चो नहीं मिले तुम कूम कलां तो जाके लिया है और वह भी अकाली दल चो चोरी करके पूरी RSS भारत माता की जय बंदे मातरम कादी थोड़ी भारत माता की जिंदे बाद थोड़े को कैंडीडेट तो है नहीं है तुम हजार ही RSS के वलंटीयर जिहड़े गली गली थोड़ी भारतीय जनता पार्टी को मजबूत करने लिए घूम रहे थे थोड़े सिर पर तो बिठाता अकाली दल वाला है ते इस करके आम आदमी पार्टी और भारतीय जनता पार्टी दोहां दे केडर नूं मेरी बेनती है कि घट्टो घट 3 करोड़ पंजाबियों के लिए अपनी पार्टियां नूं सबक सिखाओ और इको ही निशान बचता तकड़ी चो निशान बहुत बहुत धन्यवाद तो बिल्कुल 13 तरीक नूं जदों नतीजे आउणगे तो काफ़ी पिक्चर जिहड़ियां ने क्लीयर होणगियां लखविंदर दे नाल दमनप्रीत सिंह लवीणे।